जैसे कि हम जिला पठानकोट वासी कोरोना वायरस की लड़ाई को लड़ रहे हैं उसमें अब काफी चीजें धीरे धीरे सेटलमेंट हो रही हैं और सुविधाएं लोगों तक पहुंचाई जा रही हैं। लेकिन कुछ ऐसे भी लोग है उनको देखते हुए प्रशासन की और से एक टीम का गठन किया गया है इस पठानकोट डिस्ट्रिक्ट कोविड नाइन जी अपना, अपना सारी लड़ाई लड़ रहे हैं ਕਾਫੀ ਚੀਜ਼ਾਂ ਹੁਣ ਹੌਲੀ ਹੌਲੀ ਸੈਟਲ ਡਾਊਨ ਹੋ ਰਹੀਆਂ ਨੇ ਲੋਕਾਂ ਤੱਕ ਜਿਹੜੀਆਂ ਹੈ ਫੂਡ ਦੀ ਸਪਲਾਈ ਚੇਨ ਡਵੈਲਪ ਹੋ ਚੁੱਕੀ ਹੈ ਲੇਕਿਨ ਕਿਤੇ ਨਾ ਕਿਤੇ ਦੂਰ ਦਰਾਡੇ ਕਾਫੀ ਇਹੋ ਜਿਹੇ ਇਲਾਕੇ ਹੈਗੇ ਨੇ ਕੁਝ ਪਾਕਟਸ ਇਹੋ ਜਿਹੇ ਗਰੀਬ ਪਰਿਵਾਰ ਹੈਗੇ ਨੇ ਜਿਨ੍ਹਾਂ ਤੱਕ ਰੋਟੀ ਅਜੇ ਤੱਕ ਨਹੀਂ ਪਹੁੰਚ ਰਹੀ ਔਰ ਉਹਨਾਂ ਨੂੰ ਕਾਫੀ ਜਿਹੜੀ ਹੈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਵੱਲੋਂ ਆਪਣੇ ਤੌਰ ਦੇ ਉੱਤੇ ਐਡੀਸ਼ਨਲ ਡਿਪਟੀ ਕਮਿਸ਼ਨਰ اپنی دیکھरेख ਦੇ ਵਿੱਚ ਉਹਨਾਂ ਨੇ ਇੱਕ ਟੀਮ ਤਿਆਰ ਕੀਤੀ ਹੈ ਉਹਦੇ ਵਿੱਚ NCC ਦੇ ਕੈਡੀਟਸ ਨੂੰ ਲੈ ਕੇ ਸਪੈਸ਼ਲੀ ਆਰਮੀ ਦੇ ਕੋਲੋਂ ਟ੍ਰੇਨਿੰਗ ਦਵਾਈ ਗਈ ਹੈ ਜਿਹਦੇ ਵਿੱਚ ਉਹਨਾਂ ਨੂੰ ਪ੍ਰੋਪਰ ਕੋਵਿਡ-19 ਦੀਆਂ ਗਾਈਡਲਾਈਨਸ ਪ੍ਰਕੌਸ਼ਨਸ ਕਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ ਜੇ ਲੰਗਰ ਵਰਤੌਣਾ ਹੈ ਤੇ ਉੱਥੇ ਇਹ ਨਹੀਂ ਹੈ ਵੀ ਭੀੜ ਇਕੱਠੀ ਹੋ ਜਵੇ ਔਰ ਲੋਕੀ ਜਿਹੜੇ ਹੈਗੇ ਇੱਕ ਦੂਜੇ ਨੂੰ ਇਨਫੈਕਸ਼ਨ ਟਰਾਂਸਫਰ ਕਰ ਇਨ੍ਹਾਂ ਸਾਰੀਆਂ ਪ੍ਰਕੌਸ਼ਨਸ ਨੂੰ ਧਿਆਨ ਚ ਰੱਖਦੇ ਹੋਏ ਕਿਸ ਤਰੀਕੇ ਨਾਲ ਫੂਡ ਦੀ ਡਿਸਟ੍ਰਿਬਿਊਸ਼ਨ ਕਰਨੀ ਹੈ ਉਹਦੀ ਪ੍ਰੋਪਰ ਇੱਕ ਡ੍ਰਿਲ ਕਰਵਾ ਕੇ ਅਸੀਂ ਪਠਾਨਕੋਟ 'ਚ ਅੱਜ 8 ਗੱਡੀਆਂ ਵੱਖ-ਵੱਖ ਏਰੀਆਜ਼ ਦੇ ਵਿੱਚ ਭੇਜੀਆਂ ਨੇ ਔਰ ਇਹ ਅੱਜ ਤੋਂ ਇਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਹੈ ਇਹ ਵਿਵਸਥਾ ਇਸ ਤਰ੍ਹਾਂ ਹੈ ਕਿ ਇਹ ਜਿਹੜੇ ਵੀ ਲੰਗਰ ਕੋਈ ਸਪான்ਸਰ ਕਰ ਰਹੇ ਨੇ ਉਹ ਲੰਗਰ ਅਸੀਂ ਉਹਨਾਂ ਦੇ ਕੋਲੋਂ ਲੈ ਕੇ ਇਹਨਾਂ ਟ੍ਰੇਨਡ ਬੱਚਿਆਂ ਦੇ ਰਾਹੀਂ ਜਿਹੜਾ ਹੈ ਅਸੀਂ ਇਹਦੀ ਲੰਗਰ ਦੀ ਡਿਸਟ੍ਰੀਬਿਊਸ਼ਨ ਕਰਵਾ ਰਹੇ ਹਾਂ ਕਿਉਂਕਿ ਇਹ ਦੇਖਣ ਚ ਆਇਆ ਹੈਗਾ ਕਿ ਕਈ ਲੋਕ ਬਹੁਤ ਸੇਵਾ ਭਾਵ ਨਾਲ ਆਉਂਦੇ ਤੇ ਹੈਗੇ ਨੇ ਕੰਮ ਕਰਨਾ ਚਾਹੁੰਦੇ ਨੇ ਜਿਹੜਾ ਕਿ ਬਹੁਤ ਵੈਲਕਮ ਸਟੈਪ ਹੈ ਲੇਕਿਨ ਕਿਤਨਾ ਕਹਤੇ ਉੱਥੇ ਮੌਕੇ ਤੇ ਆ ਕੇ ਕਿਉਂਕਿ ਮੈਨ ਪਾਵਰ ਅਨ ਟ੍ਰੇਨਡ ਹੈ ਤੇ ਉਹ ਮਲਕ ਭਾਵਕ ਹੋ ਕੇ ਲੋਕਾਂ ਨੂੰ ਇਕੱਠੇ ਕਰ ਲੈਂਦੇ ਨੇ ਤੇ ਜਿਹੜਾ ਪਰਪਸ ਹੈਗਾ ਸਾਰਾ ਇਸ ਚੀਜ਼ ਨੂੰ ਉਹ ਸਾਰੇ ਦਾ ਸਾਰਾ ਡੀਫੀਟ ਹੋ ਜਾਂਦਾ ਸੋ ਇਸ ਕਰਕੇ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਵੀ ਇਹਦੇ ਵਿੱਚ ਅਸੀਂ ਪਹਿਲ ਕਰੀਏ ਔਰ ਐਨਸੀਸੀ ਦੇ ਬੱਚਿਆਂ ਨੂੰ ਜਿਹੜਾ ਹੈ ਟ੍ਰੇਨ ਕਰਕੇ ਔਰ ਉਹ ਪ੍ਰੋਪਰ ਤਰੀਕੇ ਦੇ ਨਾਲ ਲੰਗਰ ਦੀ ਡਿਸਟ੍ਰੀਬਿਊਸ਼ਨ ਕਰਾਈ ਜਾਵੇ ਸੋ ਉਮੀਦ ਹੈ ਕਿ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਹੁਣ ਕਾਫੀ ਇਹਨਾਂ ਬੱਚਿਆਂ ਦੇ ਰਾਹੀਂ ਲੋਕਾਂ ਤੱਕ ਪਹੁੰਚ ਵੀ ਕਰਾਂਗੇ ਔਰ ਜਿੱਥੇ ਸਾਨੂੰ ਕੋਈ ਸਾਡੇ ਕੰਟਰੋਲ ਰੂਮ ਤੇ ਇਸ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਜਾਂ ਮੰਗ ਆਉਂਦੀ ਹੈ ਤੇ ਇਹ ਬੱਚੇ ਗੱਡੀਆਂ ਨੂੰ ਨਾਲ ਲੈ ਕੇ ਗੱਡੀਆਂ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਪ੍ਰੋਪਰ ਦੇਤੀਆਂ ਨੇ ਇਹ ਉੱਥੇ ਪਹੁੰਚ ਕਰਨਗੇ ਔਰ ਉਹਨਾਂ ਨੂੰ ਉੱਥੇ ਲੰਗਰ ਵਰਤਾਉਣਗੇ ਔਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਸੁੱਕਾ ਰਾਸ਼ਨ ਵੀ ਅਸੀਂ ਇਹਨਾਂ ਨੂੰ ਦਈਏ ਤਾਂ ਕਿ ਜਿੱਥੇ ਕੋਈ ਪਰਿਵਾਰ ਬੈਠੇ ਨੇ ਦੂਰ ਦਰਾਡੇ ਉਹਨਾਂ ਨੂੰ ਇਹ ਸੁੱਕਾ ਰਾਸ਼ਨ ਵੀ ਸਪਲਾਈ ਕਰਨ ਸੋ ਇਸ ਤਰੀਕੇ ਦੀ ਵਿਵਸਥਾ ਪਠਾਨਕੋਟ ਜ਼ਿਲ੍ਹੇ 'ਚ ਖੜੀ ਕੀਤੀ ਗਈ ਹੈ ਪਠਾਨਕੋਟ ਸੇ ਅਜੀ ਕੁਮਾਰ ਦੀ ਰਿਪੋਰਟ